ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਰੋਨਾ ਵਾਇਰਸ ਦੇ ਵੱਧਦੇ ਪ੍ਰਕੋਪ ਦੀ ਰੋਕਥਾਮ ਅਤੇ ਸੁਰੱਖਿਆ ਪ੍ਰਤੀ ਸੁਚੇਤ ਰਹਿਣ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਖਾਂ ਦੀ ਗਿਣਤੀ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀ ਸਿਹਤ ਦਾ ਧਿਆਨ ਰੱਖਦਿਆਂ ਨਵੇਂ ਉਪਰਾਲੇ ਕਰਨ ਸੰਬੰਧੀ ਅੱਜ ਗੁਰਦੁਆਰਾ ਸਾਹਿਬਾਨ ਦੇ ਮੈਨੇਜਰ ਸਾਹਿਬਾਨ ਅਤੇ ਅਧਿਕਾਰੀਆਂ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ ਅਤੇ ਡਾਕਟਰ ਰੂਪ ਸਿੰਘ ਮੁੱਖ ਸਕੱਤਰ ਦੀ ਅਧਿਕਸ਼ਤਾ ਵਿੱਚ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਇਸ ਨਾਮੁਰਾਦ ਬਿਮਾਰੀ ਨਾਲ ਨਜਿੱਠਣ ਵਾਸਤੇ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ ਵੱਲੋਂ ਦੱਸਿਆ ਗਿਆ ਕਿ SGPC ਵੱਲੋਂ ਐਂਬੂਲੈਂਸ ਅਤੇ ਮੈਡੀਕਲ ਟੀਮਾਂ ਸਥਾਪਿਤ ਕੀਤੀਆਂ ਗਈਆਂ ਹਨ ਅਤੇ ਗੁਰਦੁਆਰਾ ਸਾਹਿਬਾਨ ਵਿਖੇ ਨਤਮਸਤਕ ਹੋਣ ਲਈ ਪਹੁੰਚਣ ਵਾਲੀ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਉਸ ਲਈ SGPC ਵੱਲੋਂ ਸੈਨੇਟਾਈਜ਼ਰ ਮੁਹੱਈਆ ਕਰਵਾਉਣ ਅਤੇ ਸੰਗਤਾਂ ਨੂੰ ਦਰਸ਼ਨ ਕਰਨ ਵੇਲੇ ਥੋੜ੍ਹਾ ਗੈਪ ਕਰਨ ਵੱਲ ਵੀ ਧਿਆਨ ਦਿੱਤਾ ਜਾ ਰਿਹਾ ਹੈ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੇ ਜਿਹੜੇ ਸਾਡੇ ਸੀਨੀਅਰ ਅਧਿਕਾਰੀ ਨੇ ਗੁਰਦੁਆਰਾ ਦਰਬਾਰ ਸਾਹਿਬ ਦੇ ਮੈਨੇਜਰ ਸਾਹਿਬਾਨ, ਸ਼ਹੀਦਾਂ ਦੇ ਮੈਨੇਜਰ ਸਾਹਿਬਾਨ, ਨਾਲ ਦੇ ਗੁਰਦੁਆਰਾ ਸਾਹਿਬਾਨ ਦੇ ਮੈਨੇਜਰ ਸਾਹਿਬਾਨ ਦੀ ਇੱਕ ਵਿਸ਼ੇਸ਼ ਇਕੱਤਰਤਾ, ਅੱਜ ਦੇ ਜਿਹੜੇ ਮੌਜੂਦਾ ਹਾਲਾਤ ਨੇ ਕੋਰੋਨਾ ਵਾਇਰਸ ਦੇ ਆਧਾਰਿਤ, ਉਹਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਇੱਕ ਜਿਹੜੀ ਜ਼ਰੂਰੀ ਮੀਟਿੰਗ ਹੈ ਉਹ ਸੁਣ ਲਈ ਹੈ, ਜਿਹਦੇ ਵਿੱਚ ਦਾਸ ਸੀਗਾ, ਡਾਕਟਰ ਰੂਪ ਸਿੰਘ ਹੋਣੀ ਚੀਫ ਸੈਕਟਰੀ, ਉਹ ਸਨ ਸਤਿਕਾਰਯੋਗ ਮੈਂਬਰ ਸਾਹਿਬਾਨ ਮਾਨਣ ਸਾਹਿਬ, ਢੱਡੇ ਸਾਹਿਬ ਅਤੇ ਖਬਰਗੜੀ ਸਾਹਿਬ, ਇਹ ਸਾਰੇ ਹਾਜ਼ਰ ਸਨ। ਔਰ ਅਧਿਕਾਰੀਆਂ ਦੇ ਨਾਲ ਜੋ ਹਾਲਾਤਾਂ 'ਚ ਹੈ, ਸਮੁੱਚਾ ਸਮਾਜ, ਸਮੁੱਚਾ ਵਿਸ਼ਵ ਗੁਜ਼ਰਿਆ ਕਿ ਜਿਹੜੀ ਕਰੋਨਾ ਨਾਂ ਦੀ ਇੱਕ ਨਾਮਰਾਦ ਬਿਮਾਰੀ ਜਿਹਦੇ ਪ੍ਰਭਾਵ ਥੱਲੇ ਇਸ ਵੇਲੇ ਸਮੁੱਚਾ ਵਿਸ਼ਵ ਜਿਹੜਾ ਬਹੁਤ ਆਪਣੇ ਆਪ ਪੀੜਿਤ ਮਹਿਸੂਸ ਕਰ ਰਿਹਾ, ਔਰ ਇਹਨੂੰ ਵਰਲਡ ਵਾਈਡ ਹੀ ਮਹਾਂਮਾਰੀ ਦਾ ਨਾਂ ਦੇ ਦਿੱਤਾ ਗਿਆ, ਔਰ ਉਹਦੇ ਮੁਤਾਬਕ ਵੱਖ ਵੱਖ ਦੇਸ਼ ਵੀ ਜਿਹੜੇ ਹੈ ਉਹ ਲੋਕਾਂ ਨੂੰ, ਜਨਤਾ ਨੂੰ ਜਿਹੜਾ ਅਵੇਅਰ ਕਰ ਰਹੇ ਹੈ ਕਿ ਇਸ ਤਰੀਕੇ ਨਾਲ ਪ੍ਰਕਾਸ਼ਨ ਲੈ ਜਾਣ। ਔਰ ਉਸੇ ਗੱਲ ਨੂੰ ਆਧਾਰ ਮੰਨ ਕੇ ਅੱਜ ਅਧਿਕਾਰੀਆਂ ਨਾਲ ਵੀ ਇਹ ਵਿਚਾਰ ਵਟਾਂਦਰਾ ਕੀਤਾ ਗਿਆ, ਭਾਵੇਂ ਕਿ ਸਾਡੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਪ੍ਰਬੰਧਨ ਨਾਲ ਸੰਬੰਧਿਤ ਜਿੰਨੇ ਅਧਿਕਾਰੀ ਨੇ ਬਹੁਤ ਜ਼ਿੰਮੇਵਾਰੀ ਨਾਲ ਹਮੇਸ਼ਾ ਹੀ ਡਿਊਟੀ ਨਿਭਾਉਂਦੇ ਰਹੇ ਆ, ਹਰ ਚੁਣੌਤੀ ਨੂੰ, ਹਰ ਜ਼ਿੰਮੇਵਾਰੀ ਨੂੰ ਬੜੇ ਖਿੜੇ ਮੱਥੇ ਉਹ ਪ੍ਰਵਾਨ ਵੀ ਕਰਦੇ ਆ ਅਤੇ ਨਿਭਾਉਂਦੇ ਵੀ ਆ। ਔਰ ਇਹਨਾਂ ਹਾਲਾਤਾਂ ਵਿੱਚ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੇ ਮਨੁੱਖੀ ਸਮਾਜ ਦਾ ਇੱਕ ਅਟੁੱਟ ਅੰਗ ਆ, ਔਰ ਜੋ ਪ੍ਰਭਾਵ ਸਮਾਜ ਮਹਿਸੂਸ ਕਰਦਾ ਸ਼੍ਰੋਮਣੀ ਕਮੇਟੀ ਵੀ ਉਸੇ ਤਰ੍ਹਾਂ ਹੀ ਮਹਿਸੂਸ ਕਰਦੀ ਹੈ, ਅਤੇ ਲੋੜੀਂਦੀ ਜਿਹੜੀ ਜ਼ਿੰਮੇਵਾਰੀ ਹੈ ਸੰਜੀਦਗੀ ਨਾਲ ਨਿਭਾਉਣ ਵਾਸਤੇ ਅਸੀਂ ਹਮੇਸ਼ਾ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਲੈ ਕੇ ਚੱਲਦੇ ਹਾਂ, ਔਰ ਉਹਦੇ ਮੁਤਾਬਕ ਆਪਣੀ ਡਿਊਟੀ ਵੀ ਕਰਦੇ ਹਾਂ। ਔਰ ਇਸੇ ਪੁਆਇੰਟ ਆਫ ਵਿਊ ਤੋਂ, ਇਸੇ ਨਜ਼ਰੀਏ ਤੋਂ ਹੀ ਅੱਜ ਇਹ ਜਿਹੜੀ ਮੀਟਿੰਗ ਲਈ ਗਈ ਹੈ, ਕਿਉਂਕਿ ਕੋਰੋਨਾ ਵਾਇਰਸ ਦੇ ਨਾਲ ਸਮੁੱਚਾ, ਜਿਵੇਂ ਮੈਂ ਬੇਨਤੀ ਕੀਤੀ ਹੈ ਕਿ ਸਮੁੱਚਾ ਵਿਸ਼ਵ ਇਸ ਵੇਲੇ ਪ੍ਰਭਾਵਿਤ ਆ, ਔਰ ਜਿੱਥੇ ਸਾਡੇ ਹਿੰਦੁਸਤਾਨ ਦੀ ਸਰਕਾਰ ਵੱਲੋਂ ਵੀ ਬੜੇ ਵੱਡੇ ਪ੍ਰਬੰਧ ਕੀਤੇ ਗਏ ਆ, ਜਿਹੜੀਆਂ ਐਜੂਕੇਸ਼ਨ ਇੰਸਟੀਟਿਊਸ਼ਨ ਨੇ ਉਹ ਵੀ ਬੰਦ ਕੀਤੀਆਂ, ਸਿਨੇਮੇ ਬੰਦ ਕਰਤੇ, ਗੈਦਰਿੰਗ ਉੱਤੇ ਕੰਟਰੋਲ ਕਰ ਕੀਤਾ ਜਾ ਰਿਹਾ। ਇਸੇ ਤਰ੍ਹਾਂ ਹੀ ਕਿਉਂਕਿ ਹਰਿਮੰਦਰ ਸਾਹਿਬ ਕੇਵਲ ਸਿੱਖਾਂ ਦਾ ਨਹੀਂ, ਸਮੁੱਚੀ ਮਾਨਵਤਾ ਦਾ ਜਿਹੜਾ ਆਸਥਾ ਦਾ ਕੇਂਦਰ ਆ, ਔਰ ਇੱਥੇ ਆਪੋ ਆਪਣੇ ਦੁੱਖਾਂ ਦੀ ਨਿਵਿਰਤੀ ਕਰਨ ਵਾਸਤੇ, ਆਪਣੀਆਂ ਲੋੜਾਂ ਇੱਛਾਵਾਂ ਦੀ ਪੂਰਤੀ ਵਾਸਤੇ ਸਿੱਖ ਸੰਗਤਾਂ ਜਿਹੜੀਆਂ ਉਚੇਚੇ ਤੌਰ 'ਤੇ ਇੱਥੇ ਆਉਂਦੀਆਂ ਨੇ, ਔਰ ਉਹਨਾਂ ਦੀ ਆਮਦਨ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਜਿਹੜੇ ਵਿਸ਼ੇਸ਼ ਪ੍ਰਬੰਧ, ਭਾਵੇਂ ਕਿ ਸਾਡੇ ਪ੍ਰਬੰਧ ਪਹਿਲਾਂ ਹੀ ਸਾਰੇ ਕੰਪਲੀਟ ਨੇ, ਵਧੀਆ ਨੇ, ਲੋੜੀਂਦੇ ਨੇ ਜਿੰਨੇ ਹੁੰਦੇ ਆ, ਪਰ ਹੁਣ ਕਿਉਂਕਿ ਵਿਸ਼ੇਸ਼ ਪ੍ਰਬੰਧ ਦੀ ਲੋੜ ਪਈ, ਇਸ ਕਰਕੇ ਅਸੀਂ ਸਾਰਿਆਂ ਨੂੰ ਜਿਹੜੀ ਆ ਵਿਸ਼ੇਸ਼ ਡਿਊਟੀਆਂ ਵੀ ਲਾਈਆਂ ਗਈਆਂ ਨੇ, ਤਾਂ ਕਿ ਜਿਹੜੀ ਪ੍ਰਕਾਸ਼ਨ ਲੈਣੇ ਨੇ ਸਿੱਖ ਸੰਗਤਾਂ ਦੀ ਸਹੂਲਤ ਵਾਸਤੇ, ਔਰ ਕਰੋਨਾ ਦੇ ਇਫੈਕਟ ਨੂੰ ਤੋਂ ਮੁਕਤ ਹੋਣ ਵਾਸਤੇ ਜਿਹੜੇ ਪ੍ਰਕਾਸ਼ਨਸ ਸਾਹਮਣੇ ਆ ਰਹੇ ਨੇ, ਜਿਹੜੇ ਹੈਲਥ ਡਿਪਾਰਟਮੈਂਟ ਵੱਲੋਂ ਵੀ ਦਿੱਤਾ ਜਾ ਰਿਹਾ, ਜਿਹੜੇ ਸਰਕਾਰਾਂ ਵੀ ਦੱਸ ਰਹੀਆਂ ਨੇ, ਉਹਨਾਂ ਨੂੰ ਮਦਦ ਦੱਸਦੇ ਹਾਂ ਅਸੀਂ ਉਹ ਪ੍ਰਕਾਸ਼ਨ ਲੈਣ ਵਾਸਤੇ ਅਹਿਤਿਆਤ ਵਜੋਂ ਸਾਰੇ ਅੱਜ ਵਿਚਾਰ ਵਟਾਂਦਰ ਕੀਤਾ। ਔਰ ਜਿੰਨੇ ਲੋੜੀਂਦੇ ਪ੍ਰਬੰਧ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ,
ਜਿਹੜੇ ਨੇਤਾ ਪ੍ਰਤੀ ਦੀ ਮਰਿਆਦਾ ਵੀ ਜਿਹੜੀ ਹੈ ਉਹ ਚੱਲਦੀ ਰਹੇ ਔਰ ਜਿਹੜੀ ਸੰਗਤ ਆਉਂਦੀ ਹੈ ਉਹਨੂੰ ਜਿਹੜੀ ਹੈ ਸੁੱਖ ਸੁਵਿਧਾ ਇਸ ਪੁਆਇੰਟ ਆਫ ਵਿਊ ਤੋਂ ਪ੍ਰਾਪਤ ਢੰਗ ਨਾਲ ਦਿੱਤੀ ਜਾਵੇ ਔਰ ਸੰਗਤ ਨੂੰ ਅਵੇਅਰ ਕੀਤਾ ਜਾਵੇ, ਉਹਨੂੰ ਸੁਚੇਤ ਕੀਤਾ ਜਾਵੇ ਕਿ ਇਸ ਤਰੀਕੇ ਦੇ ਨਾਲ ਦਰਸ਼ਨਦਾਰ ਵੀ ਜ਼ਰੂਰ ਕਰੋ ਅਤੇ ਲੰਗਰ ਪ੍ਰਸ਼ਾਦ ਵੀ ਛਕੋ ਔਰ ਆਪਣੇ ਆਸਥਾ ਦਾ ਵੀ ਪ੍ਰਗਟਾਵਾ ਗੁਰੂ ਸਾਹਿਬ 'ਤੇ ਟੁੱਟ ਰੱਖੋ, ਪਰ ਉਹਦੇ ਨਾਲ ਦੀ ਨਾਲ ਜਿਹੜੇ ਲੋੜੀਂਦੇ ਪ੍ਰਕਾਸ਼ਜ ਨੇ ਉਹ ਜ਼ਰੂਰ ਉਹਨਾਂ ਨੂੰ ਉਹਨਾਂ ਪ੍ਰਤੀ ਅਵੇਅਰ ਕੀਤਾ ਗਿਆ ਔਰ ਇਹਦੇ ਸੰਬੰਧ ਵਿੱਚ ਜਿਹੜੀ ਪ੍ਰਕਰਮਾ ਜਿਹੜਾ ਦਰਬਾਰ ਸਾਹਿਬ ਦਰਸ਼ਨ ਡਿਊਟੀ ਤੋਂ ਲੈ ਕੇ ਅੰਦਰ ਦਰਸ਼ਨ ਕਰਨ ਤੱਕ ਦੀ ਹੈਗਾ, ਸੰਗਤ ਦੀ ਵੈਸੇ ਵੀ ਇਸ ਪ੍ਰਭਾਵ ਕਰਕੇ ਸੰਗਤ ਕਾਫੀ ਘੱਟ ਗਈ ਹੈ ਹਰਿਮੰਦਰ ਸਾਹਿਬ, ਪਰ ਜਿੰਨੀ ਸੰਗਤ ਆ ਰਹੀ ਹੈ ਉਹਦੇ ਵਾਸਤੇ ਵੀ ਅਸੀਂ ਸਾਰੀ ਜ਼ਿੰਮੇਵਾਰੀ ਬਰਾਬਰ ਢੰਗ ਨਾਲ ਹੀ ਜਿਹੜੀ ਉਹ ਨਿਭਾ ਰਹੇ ਹਾਂ, ਨਿਭਾਉਣ ਵਾਸਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਦਰਸ਼ਨ ਡਿਊਟੀ ਤੋਂ ਅੰਦਰ, ਤਾਂ ਕਿ ਛੋਟੇ ਛੋਟੇ ਗਰੁੱਪਾਂ ਦੇ ਵਿੱਚ ਸੰਗਤ ਦਰਸ਼ਨ ਕਰਨ ਜਾਵੇ, ਬਹੁਤੀ ਗੈਦਰਿੰਗ ਦਰਸ਼ਨ ਡਿਊਟੀ ਸਾਹਮਣੇ ਨਾ ਹੋਵੇ, ਜਿਹੜਾ ਪੋਲਾ ਦਰਸ਼ਨ ਡਿਊਟੀ ਤੋਂ ਲੈ ਕੇ ਹਰਿਮੰਦਰ ਸਾਹਿਬ ਤੱਕ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਗੈਦਰਿੰਗ ਨਾ ਹੋਵੇ, ਮੱਥਾ ਟੇਕਣ ਵੇਲੇ ਵੀ ਅੰਦਰ ਭੀੜ ਮਹਿਸੂਸ ਨਾ ਹੋਵੇ, ਉਸ ਤਰੀਕੇ ਨੂੰ ਸਾਰੇ ਪ੍ਰੋਪਰ ਢੰਗ ਨਾਲ ਡਿਵਾਈਡ ਕਰਕੇ ਛੋਟੇ ਛੋਟੇ ਗਰੁੱਪਾਂ ਦੇ ਵਿੱਚ ਦਰਸ਼ਨ ਕਰਨ ਵਾਸਤੇ ਜਿਹੜਾ ਉਹ ਅਲਾਓ ਕੀਤਾ ਜਾਵੇਗਾ ਸੰਗਤ ਨੂੰ। ਸੈਕਿੰਡਲੀ ਨਾਲ ਦੀ ਨਾਲ ਇੱਕ ਛੋਟੀ ਜਿਹੀ ਅਨਾਊਂਸਮੈਂਟ ਉਹ ਅਸੀਂ ਸ਼ੁਰੂ ਕਰਨ ਲੱਗੇ ਹਾਂ ਅੱਜ ਤੋਂ, ਤਾਂ ਕਿ ਪਰਿਕਰਮਾ ਕਰਦੇ ਹੋਇਆ, ਇਸ਼ਨਾਨ ਪਾਣੀ ਕਰਦੇ ਹੋਇਆ, ਨਮਸਕਾਰ ਦਰਸ਼ਨਦਾਰੇ ਕਰਦੇ ਹਾਂ, ਸੰਗਤ ਨੂੰ ਅਨਾਊਂਸਮੈਂਟ ਦੇ ਰਾਹੀਂ ਵੀ ਸੁਚੇਤ ਕੀਤਾ ਜਾਵੇ ਕਿ ਆਪੋ ਆਪਣਾ ਥੋੜ੍ਹਾ ਜਿਹਾ ਡਿਫਰੈਂਟ ਬਣਾ ਕੇ ਚੱਲੋ, ਥੋੜ੍ਹਾ ਜਿਹਾ ਮੈਨ ਟੂ ਮੈਨ ਇੱਕ ਤੋਂ ਦੂਜੇ ਦਾ ਜਿੰਨਾ ਡਿਫਰੈਂਸ ਮਹਿਸੂਸ ਕੀਤਾ ਜਾ ਰਿਹਾ ਉਹਦੇ ਮੁਤਾਬਕ ਸੰਗਤ ਚੱਲੇ, ਕਿਤੇ ਇਕੱਠੇ ਨਾ ਹੋਣ ਔਰ ਜਿਹੜਾ ਆਪਣੇ ਹੱਥਾਂ ਦੀ ਸੁਚਮਤਾ ਔਰ ਪਵਿੱਤਰਤਾ ਉਹ ਜਿਹੜੀ ਕਾਇਮ ਰੱਖੀ ਜਾਵੇ, ਉਹਦੇ ਨਾਲ ਇੱਕ ਦੂਜੇ ਨੂੰ ਜਿਹੜੀ ਦੂਰੋਂ ਫਤਿਹ ਬੁਲਾਈ ਜਾਵੇ, ਹੱਥ ਨਾ ਮਿਲਾਇਆ ਜਾਵੇ, ਜੱਫੀ ਪਾ ਕੇ ਨਾ ਮਿਲਿਆ ਜਾਵੇ, ਇਸ ਤਰ੍ਹਾਂ ਦੀ ਜਿਹੜੀ ਲੋੜੀਂਦੀ ਅਨਾਊਂਸਮੈਂਟ ਹੈ ਸੰਗਤ ਨੂੰ ਅਵੇਅਰ ਕਰਨ ਵਾਸਤੇ ਉਹ ਵੀ ਅਸੀਂ ਅੱਜ ਤੋਂ ਸ਼ੁਰੂ ਕਰਨ ਲੱਗੇ ਹਾਂ। ਉਸ ਤੋਂ ਇਲਾਵਾ ਜਿਹੜੀਆਂ ਸਾਡੀਆਂ ਦਰਬਾਰ ਸਾਹਿਬ ਦੀਆਂ ਐਂਟਰੀਆਂ ਨੇ ਜਿੱਥੋਂ ਦੀ ਸੰਗਤ ਆਉਂਦੀ ਹੈ, ਮੇਨ ਜਿਹੜੇ ਘੰਟਾ ਘਰ ਡਿਊਟੀ ਹੈ ਔਰ ਸਾਡੇ ਲੰਗਰ ਵਾਲੀ ਸਾਈਡ, ਇੱਧਰਲੀ ਸਾਈਡ ਸ਼ਹਿਰ ਵਾਲੀ ਜਿਹੜੀ ਆਟਾ ਮੰਡੀ ਵਾਲੀ ਡਿਊਟੀ ਹੈ, ਇੱਧਰੋਂ ਜਾਂ ਹੋਰ ਦੀਆਂ ਛੋਟੀਆਂ ਦੋ ਤਿੰਨ ਐਂਟਰੀਆਂ ਨੇ, ਉਹਨਾਂ ਐਂਟਰੀਆਂ ਦੇ ਉੱਤੇ ਸੰਗਤ ਨੂੰ ਸੈਨੀਟਾਈਜ਼ ਕਰਨ ਵਾਸਤੇ ਸੈਨੀਟਾਈਜ਼ ਦਾ ਜਿਹੜਾ ਪ੍ਰਬੰਧ ਪ੍ਰੋਪਰ ਢੰਗ ਨਾਲ ਕਰ ਦਿੱਤਾ ਗਿਆ। ਅਸੀਂ ਆਪਣੇ ਮੁਲਾਜ਼ਮਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਨੇ, ਤਾਂ ਕਿ ਉੱਥੇ ਟਰਨ ਬਾਈ ਟਰਨ ਆਪਣੀ ਸ਼ਿਫਟ ਦੇ ਹਿਸਾਬ ਨਾਲ ਡਿਊਟੀ ਦੇ ਉੱਤੇ ਉਹ ਸੰਗਤ ਨੂੰ ਜਿਹੜੀ ਅੰਦਰ ਆ ਰਹੀ ਹੈ ਉਹਨੂੰ ਸੈਨੀਟਾਈਜ਼ ਕਰਕੇ ਅੰਦਰ ਭੇਜਣਗੇ ਔਰ ਬੇਨਤੀ ਕਰਨਗੇ ਕਿ ਤੁਸੀਂ ਜਿਹੜੀਆਂ ਜਿਹੜੀਆਂ ਪ੍ਰਕਾਸ਼ਨ ਲੈਣੇ ਜ਼ਰੂਰੀ ਨੇ ਉੱਥੇ ਸੰਗਤ ਨਾਲ ਉਹ ਜ਼ਰੂਰ ਸਾਂਝਾ ਕਰਨਗੇ ਬੇਨਤੀ ਰੂਪ 'ਚ। ਔਰ ਉਸ ਤੋਂ ਇਲਾਵਾ ਜਿਹੜਾ ਜਿਵੇਂ ਲੰਗਰ ਹੈ, ਲੰਗਰ ਵਰਤਾਉਣ ਵੇਲੇ ਵਰਤਾਵਿਆਂ ਦੀ ਸਾਫ਼ ਸਫਾਈ ਔਰ ਲੰਗਰ ਦੀ ਸਾਫ਼ ਸਫਾਈ, ਪ੍ਰਸ਼ਾਦ ਵੇਲੇ ਪ੍ਰਸ਼ਾਦ ਵਰਤਾਉਣ ਵਾਲਿਆਂ ਦੀ ਸਾਫ਼ ਸਫਾਈ ਔਰ ਜਿਹੜਾ ਲੰਗਰ ਜਿੱਥੇ ਪ੍ਰਸ਼ਾਦ ਜਿੱਥੇ ਤਿਆਰ ਹੁੰਦਾ ਉੱਥੋਂ ਦੀ ਸਾਫ਼ ਸਫਾਈ, ਈਵਨ ਦੈਨ ਜਿਹੜੇ ਸਰਾਵਾਂ ਦਾ ਪ੍ਰਬੰਧ ਹੈ, ਸਰਾਵਾਂ ਦੇ ਵਿੱਚ ਜਿੰਨਾ ਯਾਤਰੂ ਠਹਿਰਿਆ ਉੱਥੇ ਦੀ ਸਾਫ਼ ਸਫਾਈ ਦਾ, ਕਮਰਿਆਂ ਦੇ ਵਾਸ਼ਰੂਮ, ਕਾਮਨ ਵਾਸ਼ਰੂਮ ਉੱਥੇ ਪ੍ਰਬੰਧ ਕਰ ਦਿੱਤਾ ਗਿਆ, ਉੱਥੇ ਸੈਨੀਟਾਈਜ਼ ਦੀਆਂ ਜਿਹੜੀਆਂ ਬੋਟਲ ਰੱਖ ਦਿੱਤੀਆਂ ਗਈਆਂ ਨੇ, ਸਾਬਣ ਰੱਖ ਦਿੱਤਾ ਗਿਆ, ਉੱਥੇ ਟਿਸ਼ੂ ਪੇਪਰ ਦੀ ਲੋੜ ਉਹ ਪ੍ਰੋਵਾਈਡ ਕਰ ਦਿੱਤੇ ਜਾਣਗੇ। ਜੇ ਟਾਵਲ ਆ ਰਹੇ ਢਾਦੇ ਜਿੱਥੇ ਉਹ ਅਸੀਂ ਸਾਰੇ ਮਾਈਨਸ ਕਰਾਤੇ ਆ, ਕਿਉਂਕਿ ਟਾਵਲ ਦੀ ਸਫਾਈ ਸੰਗਤ ਦੀ ਬਹੁਤਾਤ ਦੇ ਵਿੱਚ ਰੱਖਣੀ ਬਹੁਤ ਮੁਸ਼ਕਲ ਹੋ ਜਾਂਦੀ ਹੈ, ਉਹ ਥਾਂ 'ਤੇ ਟਿਸ਼ੂ ਵਗੈਰਾ ਅਸੀਂ ਦੇ ਦਿਆਂਗੇ। ਬਾਕੀ ਹਰ ਆਦਮੀ ਕੋਲ ਆਪਣਾ ਕੋਈ ਪ੍ਰਬੰਧ ਹੁੰਦਾ ਹੀ ਹੱਥ ਸਾਫ਼ ਕਰਨ ਦਾ, ਉਹਨਾਂ ਦਾ ਜੋ ਪ੍ਰਬੰਧ ਲੋੜੀਂਦਾ ਉਹ ਆ। ਲੰਗਰ ਦੇ ਵਿੱਚ ਵੀ ਇਸ ਗੱਲ ਦਾ ਪ੍ਰਕਾਸ਼ਨ ਲਿਆ ਗਿਆ ਪ੍ਰੋਪਰ ਢੰਗ ਨਾਲ ਔਰ ਈਵਨ ਦੈਨ ਭਾਵੇਂ ਕਿ ਸਾਰਾ ਕੁਝ ਆਲਰੇਡੀ ਹੈ, ਇਹ ਨਹੀਂ ਕਿ ਨਵਾਂ ਐਡ ਹੋ ਰਿਹਾ, ਸਾਰਾ ਕੁਝ ਸਫਾਈ ਵੀ ਇੱਥੇ ਬਹੁਤ ਆ, ਸਫਾਈ ਦਾ ਪ੍ਰਬੰਧ ਵੀ ਉੱਚੇ ਤੌਰ 'ਤੇ ਹੁੰਦਾ, ਸੰਗਤ ਕਰਦੀ ਹੈ, ਸਾਡੇ ਜਿਹੜੇ ਡਿਊਟੀਜ਼ ਵਾਲੇ ਨੇ ਉਹ ਕਰਦੇ ਆ, ਉਹਦੇ ਨਾਲ ਦੀ ਨਾਲ ਜਿੰਨੀ ਹੁਣ ਲੋੜ ਆ ਉਹਦਾ ਪ੍ਰਬੰਧ ਜ਼ਰੂਰ ਅਸੀਂ ਆਪਣੇ ਮੁਲਾਜ਼ਮਾਂ ਬਕਾਇਦਾ ਡਿਊਟੀਆਂ ਲਾਈਆਂ ਜਾ ਰਹੀਆਂ ਨੇ, ਉਹਨਾਂ ਦੇ ਉੱਤੇ ਇੱਕ ਇੱਕ ਦੋ ਜਿਹੜੇ ਨੋਡਲ ਅਫਸਰ ਨਿਯੁਕਤ ਕੀਤੇ ਜਾ ਰਹੇ, ਤਾਂ ਕਿ ਉਹਨੂੰ ਉਹ ਚੈੱਕ ਕਰਦੇ ਰਹਿਣ ਕਿ ਵਾਕਿਆ ਇਹ ਡਿਊਟੀ ਲੋੜ ਮੁਤਾਬਕ ਨਿਭਾਈ ਜਾ ਰਹੀ ਹੈ। ਜਿੱਥੇ ਮਾੜੀ ਮੋਟੀ ਊਨ ਤਾਂ ਉਹਨੂੰ ਜ਼ਰੂਰ ਨੋਟਿਸ ਲਿਆ ਜਾਊਗਾ, ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ। ਕੇਵਲ ਹਰਿਮੰਦਰ ਸਾਹਿਬ ਹੀ ਨਹੀਂ, ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਦੇ ਪਾਵਨ ਅਸਥਾਨ 'ਤੇ ਉੱਥੇ ਸੰਗਤ ਦੀ ਜਿਹੜੀ ਬਹੁਤ ਆਤ ਹੁੰਦੀ ਹੈ, ਉੱਥੇ ਵੀ ਇਸੇ ਤਰ੍ਹਾਂ ਦੇ ਲੋੜੀਂਦੇ ਪ੍ਰਬੰਧ ਸਾਰੇ, ਉਹਦੇ ਸਾਹਮਣੇ ਬਾਬਾ ਦੀਪ ਸਿੰਘ ਜਿਹਦਾ ਨਾਮ ਦੇ ਨਿਵਾਸ ਆ, ਉੱਥੇ ਵੀ ਸਾਫ਼ ਸਫਾਈ ਦਾ ਪ੍ਰੋਪਰ ਢੰਗ ਨਾਲ ਜਿਹੜਾ ਪ੍ਰਬੰਧ ਹੈ ਉਹ ਡਾਇਰੈਕਸ਼ਨ ਦੇ ਦਿੱਤੀਆਂ ਗਈਆਂ ਨੇ। ਈਵਨ ਦੈਨ
ਜਿਹੜੀਆਂ ਬਾਹਰ ਆਪਣਾ ਸ਼ਰਾਵਾਂ ਵਾਲੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਜੀ ਦਰਬਾਰ ਸਾਹਿਬ ਦੀ ਵਿਚਲੀ ਰੋਡ ਆ, ਕਾਰੀਡੋਰ ਆ ਜਿਹੜਾ, ਉੱਥੇ ਇੱਕ 24 ਆਵਰ ਐਂਬੂਲੈਂਸ ਜਿਹੜੀ ਹੈ ਉਹ ਪੂਰੀ ਤਿਆਰ ਹੋ ਕੇ ਉੱਥੇ ਖੜ੍ਹੀ ਹੋਏਗੀ। ਘੰਟਾ ਘਰ ਸਾਡੀ ਵੀ ਇੱਕ ਐਂਬੂਲੈਂਸ ਜਿਹੜੀ ਪ੍ਰੋਵਾਈਡ ਕਰ ਦਿੱਤੀ ਗਈ ਹੈ। ਅਸੀਂ ਕੋਸ਼ਿਸ਼ ਕੀਤੀ ਸੀ, ਅਸੀਂ ਆਪਣੇ ਇੱਥੋਂ ਦੇ ਲੋਕਲ ਡਿਸਟ੍ਰਿਕਟ ਹੈਲਥ ਡਿਪਾਰਟਮੈਂਟ ਨੂੰ ਬੇਨਤੀ ਕੀਤੀ ਹੈ, DC ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਜਿਹੜਾ ਟੈਂਪਰੇਚਰ ਮਰੀਜ਼ ਕਰਨ ਵਾਲਾ ਜਾਂ ਪੁਰਜਾ ਜਿਹਾ ਹੈਗਾ ਉਹਦਾ ਸਾਨੂੰ ਪ੍ਰਬੰਧ ਕਰ ਦਿਓ, ਅਤੇ ਅਸੀਂ ਮੈਨੂਅਲ ਲੇਬਰ ਅਸੀਂ ਲਾ ਦਿਆਂਗੇ। ਪਰ ਉਹ ਪਤਾ ਲੱਗਿਆ ਕਿ ਬੜੀ ਸ਼ੋਰਟੇਜ ਚੱਲ ਰਹੀ ਹੈ, ਮਿਲ ਨਹੀਂ ਰਹੇ, ਜੇ ਕੋਈ ਹੈਗੇ ਆ ਤਾਂ ਉਹ ਖਰਾਬ ਖਰੂ ਹੋ ਗਏ ਆ, ਉਸ ਕਰਕੇ ਉਹ ਨਾ ਮਿਲਦੇ ਬਾਵਜੂਦ ਅਸੀਂ ਜੋ ਹੋਰ ਉਸਦਾ ਪ੍ਰਬੰਧ। ਇਸ ਤੋਂ ਇਲਾਵਾ ਬਾਹਰ ਘੰਟਾਘਰ ਸਾਈਡ 'ਤੇ ਛੋਟੀ ਡਿਸਪੈਂਸਰੀ ਉਹਦਾ ਟੈਂਪਰੇਰੀ ਤੌਰ 'ਤੇ ਪ੍ਰਬੰਧ ਕਰ ਦਿੱਤਾ ਗਿਆ, ਤਾਂ ਕਿ ਕੋਈ ਰੱਬ ਨਾ ਕਰੋ ਕੋਈ ਐਮਰਜੈਂਸੀ ਹੁੰਦੀ ਹੈ ਉਹਦਾ ਇਮੀਡੀਏਟ ਜਿਹੜਾ ਆ ਅਗਲਾ ਪ੍ਰਬੰਧ ਲੋੜੀਂਦਾ ਪ੍ਰਬੰਧ ਕੀਤਾ ਜਾਵੇ। ਜਿਹੜੀ ਸਾਡੇ ਕੋਲ ਰਾਮਦਾਸ ਸਰਾਂ ਦੇ ਵਿੱਚ ਪਹਿਲਾਂ ਇੱਕ ਡਿਸਪੈਂਸਰੀ ਪੱਕੇ ਤੌਰ 'ਤੇ ਚੱਲਦੀ ਹੈ, ਉਹ ਡਿਸਪੈਂਸਰੀ ਕਿਉਂਕਿ ਸਰਾਂ ਦੇ ਅੰਦਰ ਆ ਇਸ ਕਰਕੇ ਸੰਗਤ ਨੂੰ ਕਈ ਵਾਰੀ ਨਹੀਂ ਪਤਾ ਲੱਗਦਾ, ਉਹਨੂੰ ਅਸੀਂ ਬਾਹਰ ਰੋਡ ਦੇ ਉੱਤੇ ਟੈਂਟਿੰਗ ਕਰਕੇ ਟੈਂਪਰੇਰੀ ਟੈਂਟਿੰਗ ਕਰਕੇ ਅਤੇ ਉੱਥੇ ਸਥਾਪਿਤ ਕਰਨ ਲੱਗੇ ਹਾਂ, ਤਾਂ ਕਿ ਸੰਗਤ ਦੇ ਰੂਬਰੂ ਹੋਵੇ, ਸੰਗਤ ਨੂੰ ਪਤਾ ਲੱਗੇ ਐਮਰਜੈਂਸੀ ਕੋਈ ਇਕਦਮ ਪੈਂਦੀ ਹੈ ਅਤੇ ਉੱਥੇ ਸੰਪਰਕ ਕਰਕੇ ਉਹਦਾ ਲੋੜੀਂਦਾ ਪ੍ਰਬੰਧ ਜਿਹੜਾ ਕਰ ਦਿੱਤਾ ਜਾਵੇ। ਇਸ ਤਰ੍ਹਾਂ ਦਾ ਜਿਹੜਾ ਇੱਕ ਹੈੱਡ ਆਫਿਸ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡਾਕਟਰ ਸਾਹਿਬ ਜਿਹੜਾ ਆ ਇੱਕ ਸਰਕੂਲਰ ਜਿਹੜਾ ਇਸ ਨੇ ਸਾਰੇ ਜਿਹੜੇ ਪ੍ਰਕਾਸ਼ਨ ਇਸ ਵੇਲੇ ਲੋੜੀਂਦੇ ਨੇ ਸਾਰੇ ਵੱਡੇ ਅਸਥਾਨਾਂ ਦੇ ਵਿੱਚ ਜਿੱਥੇ ਸੰਗਤ ਜਾਂਦੀ ਹੈ ਉੱਥੇ ਅਸੀਂ ਇਹ ਪ੍ਰਕਾਸ਼ਨ ਦਾ ਇਹ ਬਕਾਇਦਾ ਲੈਟਰ ਸਰਕੂਲਰ ਜਿਹੜਾ ਅੱਜ ਸਾਰੇ ਗੁਰਦੁਆਰਾ ਸਾਹਿਬ ਆਉਣ ਦੇ ਵਿੱਚ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਬੰਧ ਚੱਲਦੇ ਆ ਉਹਨਾਂ ਦੇ ਜਿੱਥੇ ਪ੍ਰਬੰਧ ਆ ਸਾਡੇ ਕੋਲ ਉੱਥੇ ਸਰਕੂਲਰ ਜਿਹੜਾ ਭੇਜ ਦੇਣ ਲੱਗੇ ਹਾਂ, ਤਾਂ ਕਿ ਇਹਨਾਂ ਇਹਨਾਂ ਗੱਲਾਂ ਦਾ ਕੇਸਗੜ੍ਹ ਸਾਹਿਬ, ਫਤਿਹਗੜ੍ਹ ਸਾਹਿਬ, ਪਟਿਆਲਾ ਦੂਨਵਾਰ ਸਾਹਿਬ, ਮੁਕਤਸਰ ਸਾਹਿਬ, ਇਹ ਸਾਰੇ ਜਿੱਡੇ ਵੱਡੇ ਅਸਥਾਨ ਨੇ, ਇਹ ਉਹਨਾਂ ਨੇ ਹਰਿਆਣੇ 'ਚ ਵੀ ਜਿਹੜੇ ਸਾਡੇ ਅਸਥਾਨ ਨੇ ਉਹਨਾਂ ਦੇ ਵਿੱਚ ਇਹ ਲੋੜੀਂਦੇ ਪ੍ਰਬੰਧ ਜਿਹੜੇ ਆ ਬਿਨਾਂ ਕਿਸੇ ਅਣਗਹਿਲੀ ਤੋਂ, ਬਿਨਾਂ ਕਿਸੇ ਲਾਪਰਵਾਹੀ ਤੋਂ, ਬਿਨਾਂ ਬੇਪਰਵਾਹੀ ਤੋਂ, ਜ਼ਿੰਮੇਵਾਰੀ ਦੇ ਨਾਲ ਉਹ ਜਿਹੜੇ ਪ੍ਰਬੰਧ ਲੋੜੀਂਦੇ ਉੱਥੇ ਕੀਤੇ ਜਾਣ, ਤਾਂ ਕਿ ਕਿਸੇ ਕਿਸਮ ਦੀ ਇਹਨਾਂ ਪ੍ਰਬੰਧ ਦੇ ਨਜ਼ਰੀਏ ਤੋਂ ਕੁਛ ਆਉਣ ਵਾਲੇ ਸਮੇਂ 'ਚ ਸ਼ਿਕਾਇਤ ਨਾ ਆਵੇ, ਇਹ ਵੀ ਅਸੀਂ ਕਰ ਰਹੇ ਹਾਂ। ਵੇਖੋ ਇਹ ਤਵੱਕੋ ਭਾਵੇਂ ਕਿਸੇ ਦੇ ਮਨ 'ਚ ਇਸ ਤਰ੍ਹਾਂ ਦਾ ਕੋਈ ਆਈਡੀਆ ਹੋਵੇ, ਪਰ ਕਿਉਂਕਿ ਪ੍ਰਕਾਸ਼ਨ ਦੇ ਨਾ ਬੰਦ ਕਰਨਾ ਹੀ ਮੋਰ ਦੈਨ ਸਫੀਸ਼ੀਐਂਟ ਨਹੀਂ ਹੈ, ਉਹਦੇ ਪ੍ਰਕਾਸ਼ਨ ਲੈਣੇ ਸੰਗਤ ਨੂੰ ਅਵੇਅਰ ਕਰਨਾ, ਕਿਉਂਕਿ ਸੰਗਤ ਦੀ ਆਸਥਾ ਜੁੜੀ ਹੈ, ਅਸੀਂ ਜਿਹੜਾ ਇਸ ਤੌਰ 'ਤੇ ਸੰਗਤ ਨੂੰ ਕਿਤੇ ਬੇਨਤੀ ਕਰ ਸਕਦੇ ਨਾ ਇੱਥੇ ਲੋਕ ਕਰ ਸਕਦੇ ਹਾਂ। ਹਰਿਮੰਦਰ ਸਾਹਿਬ ਦੀ ਮਾਨ ਮੇਰੀ ਜ਼ਿਆਦਾ ਉਹਨਾਂ ਹਾਲਾਤਾਂ 'ਚ ਅਬਦਾਲੀ ਵੇਲੇ ਜਦੋਂ ਹਮਲੇ ਬੜੇ ਵੱਡੇ ਮਾਰੂ ਹਮਲੇ ਹੁੰਦੇ ਆ, ਈਵਨ ਦੈਨ ਆਪਰੇਸ਼ਨ ਬਲਿਊ ਸਟਾਰ ਦੇ ਦੌਰਾਨ ਵੀ ਜਿਹੜੀ ਹਰਿਮੰਦਰ ਸਾਹਿਬ ਦੀ ਮਾਨ ਮੇਰੀ ਜ਼ਿਆਦਾ ਪ੍ਰੋਪਰ ਹਰ ਦਿਨ ਨੇਤਾ ਪ੍ਰਤੀ ਚੱਲੀ ਹੈ। ਇਹ ਇੱਥੇ ਸ਼ਰਧਾਲੂ 'ਚ ਟੈਰਿਟੀ ਇੰਨਾ ਕ੍ਰੀਏਟ ਕਰ ਦਿੱਤਾ ਗਿਆ, ਮੀਡੀਆ ਦੇ ਰਾਹੀਂ ਪੈਨਿਕ ਇੰਨਾ ਕਰ ਦਿੱਤਾ ਗਿਆ ਮਾਹੌਲ ਨੂੰ ਕਿ ਸੰਗਤ ਵੈਸੇ ਹੀ ਘੱਟ ਗਈ ਹੈ, ਪਹਿਲਾਂ ਨਾਲੋਂ 5% ਮੇਰੇ ਸੰਗਤ ਰਹਿ ਗਈ ਹੈ, ਹੋਰ ਆਉਣ ਵਾਲੇ ਸਮੇਂ 'ਚ ਮੇ ਵੀ ਹੋਰ ਵੀ ਘੱਟ ਜਾਵੇ, ਘਟਣ ਦੇ ਚਾਂਸ ਨੇ। ਇਸ ਕਰਕੇ ਮੈਂ ਇਹ ਬੇਨਤੀ ਕਰਨ ਲੱਗਾ ਕਿ ਸਾਨੂੰ ਅੱਜ ਦੇ ਹਾਲਾਤ ਹਰਿਮੰਦਰ, ਮੈਂ ਤਾਂ ਦੱਸਦਾ ਵੀ ਕਿਸੇ ਵੀ ਚੁਣੌਤੀ ਦਾ ਅਸੀਂ ਹਰ ਮੁਸੀਬਤ ਦੇ ਸਮੇਂ ਖਿੜੇ ਮੱਥੇ ਉਹਨੂੰ ਪ੍ਰਵਾਨ ਕੀਤਾ ਔਰ ਉਸ ਚੈਨੇ 'ਚੋਂ ਲੰਘੇ ਹਾਂ। ਕਰੋਨਾ ਵਰਗੀ ਬਹੁਤ ਵੱਡਾ ਆਫਤ ਨਹੀਂ ਆ ਗਈ, ਇਹ ਕੋਈ ਐਡਾ ਵੱਡਾ ਨਹੀਂ ਗਾ ਵੀ ਸ਼ਾਇਦ ਪਤਾ ਨਹੀਂ ਕੀ ਹੋ ਜਾਣਾ। ਗੁਰੂ ਸਮਰੱਥ ਗੁਰੂ ਰਾਮਦਾਸ ਸਮਰੱਥ ਨੇ, ਸਭ ਤੋਂ ਵੱਧ ਸਮਰੱਥ ਗੁਰਦੇਵ, ਸੰਗਤ ਇੱਥੇ ਆਪਣੇ ਦੁੱਖਾਂ ਦੀ ਨਿਵਿਰਤੀ ਵਾਸਤੇ ਅਰਦਾਸ ਕਰਨ ਵਾਸਤੇ ਆਉਂਦੀ ਹੈ, ਅਤੇ ਜੇ ਇਹੋ ਜਿਹੇ ਸਥਾਨ ਬੰਦ ਕਰ ਦਿਓਗੇ ਤਾਂ ਲੋਕਾਂ ਨੂੰ ਧਰਮ ਨਾਲ ਤੋੜਨ ਵਾਲੀ ਹੈ। ਧਰਮ ਇੱਕ ਉਹ ਆਸਥਾ ਹੈ, ਉਹ ਥਾਂ ਆ, ਉਹ ਕੇਂਦਰ ਆ ਜਿੱਥੇ ਲੋਕਾਂ ਨੂੰ ਬਲ ਮਿਲਦਾ, ਲੋਕਾਂ ਦਾ ਜਿਹੜਾ ਮੋਰਲ ਸਪੋਰਟ ਮਿਲਦੀ ਬੜੀ ਵੱਡੀ। ਇਹੋ ਜਿਹੀਆਂ ਮਹਾਂਮਾਰੀਆਂ ਨੂੰ, ਇਹੋ ਜਿਹੀਆਂ ਬਿਪਤਾਂ ਨੂੰ
ਕੇਵਲ ਪ੍ਰਕਾਸ਼ਨ ਹੀ ਉਹਨੂੰ ਅਵੇਅਰ ਨਹੀਂ ਕਰਦੇ ਬਲਕਿ ਉਹਨੂੰ ਵਿਲ ਪਾਵਰ ਉਹਦੀ ਮਜ਼ਬੂਤ ਹੋਣੀ ਚਾਹੀਦੀ ਆ, ਉਹਦਾ ਬੋਡੀ ਦਾ ਇਮਿਊਨ ਸਿਸਟਮ ਇੱਡਾ ਸਟਰੋਂਗ ਹੋਣਾ ਚਾਹੀਦਾ ਕਿ ਉਹਨੂੰ ਕਿਸੇ ਕਿਸਮ ਦਾ ਡਰ ਹੀ ਨਾ ਹੋਵੇ। ਵਿਲ ਪਾਵਰ ਜਿਹੜੀ ਹੈ ਉਹ ਜਿਹੜੀ ਮਜ਼ਬੂਤ ਹੁੰਦੀ ਇਸ ਇਹਨਾਂ ਸਥਾਨਾਂ ਦੇ ਉੱਤੇ ਆ ਕੇ ਧਾਰਮਿਕ ਸਥਾਨਾਂ ਨੂੰ ਬਿਲਕੁਲ ਲੋਕਾਂ ਨੂੰ ਇਸ ਪਰੋਂ ਨਹੀਂ ਤੋੜਨਾ ਚਾਹੀਦਾ ਔਰ ਉਹਨਾਂ ਦੀ ਆਸਥਾ ਬਿਲਕੁਲ ਕਾਇਮ ਰਹਿਣੀ ਚਾਹੀਦੀ ਤਾਂ ਕਿ ਉਹ ਇੱਥੋਂ ਆ ਕੇ ਨਮਸਕਾਰ ਕਰਨ, ਇਸ ਸ਼ਰਧਾ ਮੁਤਾਬਕ ਆਪਣਾ ਹਾਜ਼ਰੀ ਭਰਨ ਅਤੇ ਉਹਦੇ 'ਚੋਂ ਜੋ ਵਿਲ ਪਾਵਰ ਜੋ ਮਾਨਸਿਕਤਾ ਮਜ਼ਬੂਤੀ ਮਿਲਦੀ ਉਹ ਲੈਣ। ਔਰ ਉਸ ਤੋਂ ਇਲਾਵਾ ਵੇਖੋ ਤੁਸੀਂ ਮੀਡੀਆ ਸੁਣਿਆ ਪ੍ਰਧਾਨ ਸਾਹਿਬ ਨੇ ਕੱਲ੍ਹ ਦੀ ਜੇ ਨਿਊਜ਼ ਦਿੱਤੀ ਆ ਮੀਡੀਆ 'ਚ ਆ ਵੀ ਗਈ ਹੈ ਕਿ ਸਾਡੇ ਜਿੰਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਬੰਧ ਅਧਿਐਨ ਚੱਲ ਰਹੇ ਅਸਥਾਨ ਨੇ ਗੁਰਦੁਆਰਾ ਸਾਹਿਬ ਵੱਡੇ ਨੇ ਉਹਨਾਂ ਸਾਰਿਆਂ 'ਚ ਅੱਜ ਇਸ ਕਰੋਨਾ ਵਾਇਰਸ ਦੇ ਜਿਹੜੇ ਮਹਾਂਮਾਰੀ ਦੇ ਨਾਂ ਦੇ ਉੱਤੇ ਬੜੀ ਪ੍ਰਭਾਵ ਆਪਣਾ ਛੱਡ ਰਹੀ ਹੈ ਮੰਨਿਆ ਜਾ ਰਿਹਾ, ਉਹਦੇ ਤੋਂ ਨਿਜਾਤ ਦਿਵਾਉਣ ਉਹਦੇ ਸਮੁੱਚੀ ਮਾਨਵਤਾ ਨੂੰ ਅਖੰਡ ਪਾਠ ਸਾਹਿਬ ਦਾ ਆਰੰਭ ਕਰ ਦਿੱਤੇ ਅਰਦਾਸ ਕਰਕੇ ਔਰ 19 ਤਰੀਕ ਨੂੰ ਗੁਰੂ ਸਾਹਿਬ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ ਬਕਾਇਦਾ ਅਰਦਾਸ ਹੋ ਗਈ। ਅੱਜ ਵੀ ਅਰਦਾਸ ਇਹੀ ਕੀਤੀ ਹੈ ਸਰਬੱਤ ਦੇ ਭਲੇ ਦੀ, ਕਰੋਨਾ ਵਰਗੇ ਮਾਰੂ ਪ੍ਰਭਾਵਾਂ ਤੋਂ ਸਮੁੱਚੇ ਸਮਾਜ ਨੂੰ ਮਾਨਵਤਾ ਨੂੰ ਨਿਜਾਤ ਦਿਵਾਉਣ ਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਹੈ। ਗੁਰੂ ਸਾਹਿਬ ਇਸ ਤਰ੍ਹਾਂ ਦਾ ਮੌਕਾ ਹੀ ਨਾ ਦੇਣ ਕਿ ਆਉਣ ਵਾਲੇ ਸਮੇਂ 'ਚ ਕੋਈ ਇੱਦਾਂ ਦੇ ਕੋਈ ਹਾਲਾਤ ਪੈ। ਆਵਾਜ਼ੇ ਕੌਮ ਟੀਵੀ ਲਈ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ।